ਬਣਾਵੋ, ਜਿੱਥੇ ਮਰਜੀ ਰੋਜੀ ਕਮਾਵੋ, ਮਨ ਮਰਜੀ ਦਾ ਖਾਓ ਤੇ ਹੰਡਾਵੋ, ਸਭ ਹੱਕ ਦੀ ਹੀ ਰੋਜੀ ਖਾ ਕੇ ਸਰੀਰੋਂ ਫਿੱਟ ਹੋ ਜਾਵੋ। ਪਰ ਗੱਲ ਜੇ ਕੌਮ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ, ਪਰ ਗੱਲ ਜੇ ਵਤਨ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ। ਧਰਮ ਨਹੀਂ ਮਾੜਾ ਪਰ ਸੋਚ ਤਿਆਂ ਦੀ ਮਾੜੀ, ਕੋਈ ਜਾਤ ਧਰਮ ਨਹੀਂ ਮਾੜਾ ਪਰ ਸੋਚ ਤਿਆਂ ਦੀ ਮਾੜੀ, ਜੋ ਫੁੱਟ ਸਾਡੇ ਵਿੱਚ ਪਾਉਂਦੇ ਉਹ ਕਰਦੇ ਕੌਮ ਗਦਾਰੀ, ਜੇ ਰਹੀਏ ਰਲ ਮਿਲ ਇਕੱਠੇ ਨਾ ਕੜਿਓ ਪਾਣੀ ਨੱਸੇ, ਕਦੇ ਬੇਗੈਰਤ ਗਰਦਾਰ ਜਿਹਾ ਨਾ ਦਾਗ ਲਵਾਵੋ। ਪਰ ਗੱਲ ਜੇ ਕੌਮ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ, ਪਰ ਗੱਲ ਜੇ ਵਤਨ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ। ਸੋਚ ਵਿਚਾਰਾਂ ਦੀਆਂ ਨਿਤ ਟੱਕਰਾਂ ਹੁੰਦੀਆਂ ਆਈਆਂ, ਬਈ ਸੋਚ ਵਿਚਾਰਾਂ ਦੀਆਂ ਨਿਤ ਟੱਕਰਾਂ ਹੁੰਦੀਆਂ ਆਈਆਂ, ਪਰ ਸੂਝਵਾਨ ਇਨਸਾਨਾਂ ਨੇ ਅਕਲ ਦੇ ਨਾਲ ਮੁਕਾਈਆਂ, ਕਹੀਏ ਇੱਕ ਦੂਸਰੇ ਮਾਨੀ ਦੋਨੋਂ ਹੀ ਬ੍ਰਹਮ ਗਿਆਨੀ, ਐਵੇਂ ਹੈਂਕੜਬਾਜ਼ੀ ਦੇ ਵਿੱਚ ਨਾ ਨੁਕਸਾਨ ਉਠਾਵੋ। ਪਰ ਗੱਲ ਜੇ ਕੌਮ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ, ਪਰ ਗੱਲ ਜੇ ਵਤਨ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ। ਜਦ ਆਪੋ ਆਪਣਾ ਖਾਣਾ ਫਿਰ ਕਿਹੜੀ ਗੱਲ ਦਾ ਝਗੜਾ, ਜਦ ਆਪੋ ਆਪਣਾ ਖਾਣਾ ਫਿਰ ਕਿਹੜੀ ਗੱਲ ਦਾ ਝਗੜਾ, ਜੇ ਕਿਸੇ ਦਾ ਦਿਲ ਦੁਖਾਈਏ ਨਾ ਫਿਰ ਕਿਉਂ ਕਲ ਪਊ ਅਗਲਾ, ਗੱਲ ਸੋਚ ਸਮਝ ਕੇ ਕਰੀਏ, ਐਵੇਂ ਨਿੱਕੀ ਨਿੱਕੀ ਗੱਲ ਤੇ ਨਾ ਲੜੀਏ, ਇੱਜ਼ਤ ਕਰਨੀ ਤੇ ਕਰਵਾਉਣੀ ਤੇ ਸਭ ਦਾ ਸਿੱਖ ਜਾਵੋ। ਪਰ ਗੱਲ ਜੇ ਕੌਮ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ, ਪਰ ਗੱਲ ਜੇ ਵਤਨ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ। ਮਾਂ ਪਿਓ ਦੀ ਸੇਵਾ ਕਰਨੀ ਵੀ ਹੁੰਦਾ ਨਹੀਂ ਗੁਨਾਹ ਬਈ, ਮਾਂ ਪਿਓ ਦੀ ਸੇਵਾ ਕਰਨੀ ਵੀ ਹੁੰਦਾ ਨਹੀਂ ਗੁਨਾਹ ਬਈ, ਇਤਿਹਾਸ ਗਵਾਹ ਹੈ ਤਾਈਓ ਸਰਵਣ ਦਾ ਉੱਚਾ ਨਾਂ ਬਈ, ਜੋ ਹੋਵਣ ਆਗਿਆਕਾਰੀ ਹੁੰਦੇ ਸੋਭਾ ਦੇ ਅਧਿਕਾਰੀ, ਸਭ ਰਿਸ਼ਤੇ ਨਾਤੇ ਪਿਆਰ ਮੁਹੱਬਤ ਨਾਲ ਨਿਭਾਵੋ। ਪਰ ਗੱਲ ਜੇ ਕੌਮ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ, ਪਰ ਗੱਲ ਜੇ ਵਤਨ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ। ਗੁਰੂਆਂ ਤੇ ਪੀਰ ਫਕੀਰਾਂ ਦੀ ਧਰਤੀ ਵਾਲੇ ਲੋਕ, ਗੁਰੂਆਂ ਤੇ ਪੀਰ ਫਕੀਰਾਂ ਦੀ ਧਰਤੀ ਵਾਲੇ ਲੋਕੋ, ਕਿਉਂ ਕੌਮ ਹੈ ਖਿੰਡਦੀ ਜਾਂਦੀ ਜਰਾ ਠੰਡੇ ਜਿਗਰੇ ਸੋਚੋ, ਖਾਓ ਰੁੱਖੀਆਂ ਬੇਸ਼ੱਕ ਚੂਰੀ ਪਰ ਏਕਤਾ ਰੱਖਣੀ ਜ਼ਰੂਰੀ, ਭਾਵੇਂ ਸੰਧੂ ਚੱਟੀਏ ਤੇ ਨਾਲ ਰੱਜ ਕੇ ਖਾਰਾ ਖਾਵੋ। ਪਰ ਗੱਲ ਜੇ ਕੌਮ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ, ਪਰ ਗੱਲ ਜੇ ਵਤਨ ਦੀ ਹੋਵੇ ਤਾਂ ਫਿਰ ਇੱਕ ਹੋ ਜਾਵੋ, ਜਿਹੜਾ ਮਰਜ਼ੀ
धर्म अपनावो जिथे मर्जी रोजी कमावो मन मर्जी जखाओ ते हंडावो सब हक दी ही रोजी खाके शरीरों फिट हो जावो। पर गल जे कौम दी होवे ता फिर एक हो जावो, पर गल जे वतन दी होवे ता फिर एक हो जावो। अपनावो जिथे मर्जी रोजी कमावो मन मर्जी जा खाओ ते हंडावो सब हक दी ही रोजी खाके शरीरों फिट हो जावो। पर गल जे कौम दी होवे ता फिर एक हो जावो, पर गल जे वतन दी होवे ता फिर एक हो जावो।